ਪਰਨਾ ਕਰਨਾ ਸੈੱਟ ਤੇ ਮੈਂ ਕਿੱਥੋਂ ਲਿਆਵਾਂ ਬਾਜ ਗੱਭਰੂ ਦੇ ਢਾਬੇ ਤੇ ਅਦਿਤੀ ਸ਼ਰਮਾ ਸਤਿੰਦਰ ਸਰਤਾਜ ਤੇ ਤੁਸੀਂ ਦੱਸੋ ਇਹਨਾਂ ਦਾ ਬੈਸਟ ਮਤਲਬ ਇਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀ ਹੈ ਖਾਣੇ 'ਚ ਸੱਚੀ ਇੱਕ ਤੁਸੀਂ ਵੀ ਆਪਣਾ ਕਿੱਸਾ ਸੁਣਾ ਦਿੰਦਾ ਕਿਸੇ ਨੇ ਚੈਪਟਰ ਪੜ੍ਹਦੇ ਪੜ੍ਹਦੇ ਤੁਹਾਨੂੰ ਪ੍ਰਪੋਜ਼ ਕੀਤਾ ਹੋਵੇ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆ ਜਿਆਂ ਦਾ ਸਮਾਂ ਬੀਤਦਾ ਤੁਸੀਂ ਪੰਜਾਬ ਵਿੱਚੋਂ ਕਿਹੜੇ ਦੋ ਸਿੰਗਰ ਬੈਨ ਕਰਨਾ ਚਾਹੋਗੇ ਮਤਲਬ ਸਰਤਾਜ ਭਾਜੀ ਨੂੰ ਨੀ ਦੱਸਣਾ ਕਿ ਮੈਂ ਰਾਜੀ ਹੋ ਗਿਆ ਤੇ ਰੌਲਾ ਨੀ ਪਾਉਣਾ ਓਕੇ ਪੱਕੀ ਗੱਲ ਨੀ ਦੱਸੋਗੇ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਕੋਈ ਕਿਸੇ ਨੂੰ ਇੰਪ੍ਰੈਸ ਨੀ ਕਰ ਰਹੇ ਸੀ ਕੋਈ ਗਾਣਾ ਗਾ ਰਹੇ ਸੀ ਕਿਹੜਾ ਗਾਣਾ ਗਾ ਰਹੇ ਸੀ ਹੋਰ ਗਾਣਾ ਯਾਦ ਨੀ ਆ ਰਿਹਾ ਭਾਜੀ ਜੇ ਕੋਈ ਗਲਤੀ ਹੋ ਗਈ ਮਾਫ ਕਰਿਓ ਪਰ ਮੈਨੂੰ ਲੱਗਿਆ ਤੁਸੀਂ ਰੋਟੀ ਖਾਣ ਆਏ ਇੱਥੇ ਹਨਾ ਰੋਟੀ ਖਾਣ ਆਉਂਦੇ ਤੇ ਅਸੀਂ ਹੁਣ ਖਾਵਾਂਗੇ ਰੋਟੀ ਤੇ ਤੁਸੀਂ ਬੈਠੋ ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈਂਦੇ ਟਿੱਕੇ ਮੈਂ ਤਾਂ ਟਿੱਕੇ ਖੱਟ ਮੈਂ ਖੱਟ ਕੇ ਲਿਆਉਣਾ ਬਰੋ ਮੈਂ ਜੋ ਮਰਜ਼ੀ ਖੱਟ ਕੇ ਲਿਆਵਾਂ ਹੈ ਨਾ ਕਹਿੰਦੇ ਬਾਰੀ ਬਰਸੀ ਖੱਟਣ ਗਿਆ ਜੀ ਖੱਟ ਕੇ ਲਿਆਉਂਦੇ ਟਿੱਕੇ ਗੱਬਰ ਢਾਬੇ ਤੇ ਇੱਕੋ ਇੱਕੇ ਪਰਨਾ ਕਰਨਾ ਸੈੱਟ ਮੈਂ ਕਿੱਥੋਂ ਲਿਆਵਾਂ ਬਾਜ ਪਰਨਾ ਕਰਨਾ ਸੈੱਟ ਪਰਨਾ ਕਰਨਾ ਸੈੱਟ ਤੇ ਮੈਂ ਕਿੱਥੋਂ ਲਿਆਵਾਂ ਬਾਜ ਗੱਭਰੂ ਦੇ ਢਾਬੇ ਤੇ ਅਦਿਤੀ ਸ਼ਰਮਾ ਸਤਿੰਦਰ ਸਰਤਾਜ ਮਤਲਬ ਭਾਜੀ ਐਂਡ ਹੀ ਹੋ ਗਿਆ ਮਤਲਬ ਤੁਹਾਡੀ ਮਤਲਬ ਮੈਂ ਕਹਿੰਦਾ ਤੁਸੀਂ ਨਾਲ ਬੈਠੇ ਹੋ ਨਾ ਇੰਨਾ ਜਜ਼ਬਾ ਆ ਰਿਹਾ ਨਾ ਕੁਛ ਕਰਨ ਦਾ ਮੈਂ ਕਹਿੰਦਾ ਸ਼ਾਇਰੀ ਮੈਂ ਲਿਖੂੰਗਾ ਹੁਣ ਤੁਸੀਂ ਮੇਰੇ ਲਿਖੇ ਗਾਣੇ ਗਾਓ ਮੈਂ ਕਹਿੰਦਾ ਸੁਪਰ ਫਲੋਪ ਹੋਊਗੇ ਕਿਉਂਕਿ ਹਿੱਟ ਦੀ ਆਦਤ ਹੋ ਗਈ ਨਾ ਤੁਹਾਨੂੰ ਕੋਈ ਫਲੋਪ ਚੀਜ਼ ਵੀ ਤਾਂ ਦੇਖੋ ਜ਼ਿੰਦਗੀ ਦੇ ਵਿੱਚ ਅਤੇ ਉਹ ਮੈਂ ਦਿਖਾਊਂਗਾ ਕੁਛ ਨਵਾਂ ਕਰੋ ਕੁਛ ਨਵਾਂ ਕਰੋ ਪਰ ਚਲੋ ਕੁਛ ਨਹੀਂ ਹੁੰਦਾ ਤੁਸੀਂ ਆਏ ਹੋ ਸਾਡੇ ਢਾਬੇ 'ਤੇ ਉਹੀ ਪੁਰਾਣਾ ਕਰ ਰਹੇ ਹੋ ਪਹਿਲਾਂ ਵੀ ਆਏ ਸੀ ਦੱਬ ਕੇ ਖਾਏ ਸੀ ਤੁਸੀਂ ਉਦੋਂ ਵੀ ਮੈਂ ਕਹਿੰਦਾ ਹੁਣ ਵੀ ਦੱਬ ਕੇ ਖਾਓ ਜਲੇਬੀਆਂ ਨਾਲ ਅਸੀਂ ਸ਼ੁਰੂਆਤ ਕਰਨੀ ਹੈ ਭਾਜੀ ਦੀ ਨਵੀਂ ਮੂਵੀ ਆ ਰਹੀ ਹੈ ਪਨੀਰ ਪਕੌੜੇ ਖਿਲਾਏ ਜਾ ਰਹੇ ਹੈ ਸੈਂਡਵਿਚ ਢੋਕਲੇ ਕਮੀ ਨਹੀਂ ਸਾਡੇ ਢਾਬੇ 'ਤੇ ਕੋਈ ਤੁਸੀਂ ਲੱਗਦੇ ਵੀ ਮਤਲਬ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਕਿ ਬਈ ਇੱਕੋ ਮਿੱਕੇ ਹੋ ਤੁਸੀਂ ਦੋਵੇਂ ਦੋਵੇਂ ਆਹਾ ਵੰਡ ਕੇ ਵੰਡ ਬਿਲਕੁਲ ਤੇ ਪਹਿਲਾਂ ਮੈਨੂੰ ਦੱਸੋ ਮੰਨਦੇ ਹੋ ਕਿ ਤੁਸੀਂ ਇੱਕੋ ਮਿੱਕੇ ਹੋ 1000% ਪੱਕੀ ਗੱਲ ਲੌਕ ਕਰਨਾ ਮੁਕਰੋਂਗੇ ਤਾਂ ਨਹੀਂ ਪੱਕੀ ਗੱਲ ਕੋਈ ਸ਼ੱਕ ਨਹੀਂ ਕੋਈ ਡਰ ਨਹੀਂ ਬਿਲਕੁਲ ਇਹੋ ਜਿਹੇ ਵਾਅਦੇ ਕਰਦੇ ਸੀ ਮੇਰੇ ਮੋਮ ਡੈਡ ਕਹਿੰਦੇ ਅਸੀਂ ਇੱਕੋ ਮਿੱਕੇ ਹਾਂ ਤੇ ਰਿਜ਼ਲਟ ਦੇਖ ਲਓ ਇੱਦਾਂ ਦਾ ਆਇਆ ਨਹੀਂ ਬਈ ਇਹ ਹੁਣ ਵੀ ਤੁਹਾਨੂੰ ਖੌਫ ਹੋ ਰਿਹਾ ਨਾ ਇੱਕੋ ਮਿੱਕੇ ਹੋਣਾ ਜਿੱਦਾਂ ਜ਼ਿਆਦਾ ਸਹੀ ਨਹੀਂ ਹੈ ਆਹ ਕੀ ਕੀਤਾ ਹੋਇਆ ਆਹ ਤਾਂ ਜੀ ਤੁਹਾਨੂੰ ਪਤਾ ਜਿੱਦਾਂ ਤੁਸੀਂ ਗੁਰਮੁਖੀ ਦੇ ਬੇਟੇ ਹੋ ਮੈਂ ਇਹਨਾਂ ਦਾ ਤਾਂ ਹੈ ਹੀ ਹਾਂ ਪਰ ਗੁਰਮੁਖੀ ਦਾ ਹੀ ਬੇਟਾ ਤਾਂ ਊੜਾ ਐੜਾ ਕਹਿ ਰਹੇ ਆ ਦੇਖੋ ਤੁਸੀਂ ਕਿਹੋ ਜਿਹਾ ਬੇਟਾ ਉਹਨਾਂ ਨੇ ਪੈਦਾ ਕੀਤਾ ਜਿਹੜਾ ਗੁਰਮੁਖੀ ਦਾ ਬੇਟਾ ਬਣ ਸੰਸਕਾਰੀ ਹਾਂ ਕਹਿੰਦੇ ਇਹੋ ਜਿਹਾ ਮੁੰਡਾ ਜਿਹਨੂੰ ਕੋਈ ਕੁੜੀ ਨਹੀਂ ਮਿਲਦੀ ਮਤਲਬ ਦੇਖੋ ਨਾ ਯਾਰ ਮੇਰੀ ਮਜਬੂਰੀ ਪਸੰਦ ਨਹੀਂ ਆਉਂਦੀ ਕੁੜੀਆਂ ਨੂੰ ਮੈਂ ਨਹੀਂ ਪਸੰਦ ਆਉਂਦਾ ਅੱਜ ਕੱਲ੍ਹ ਮੇਬੀ ਸਮ ਹੈਲਥ ਇਸ਼ੂਸ ਪਰ ਇਹ ਵੀ ਤੂੰ ਕੋਈ ਨਵੀਂ ਗੱਲ ਕਰ ਰਿਹਾ ਨਾ ਡੂ ਸਮਥਿੰਗ ਡਿਫਰੈਂਟ ਨਹੀਂ ਤਾਂ ਬੇਟੇ ਦੇ ਸਾਨੂੰ ਆਦਤ ਹੈ ਫਲੌਪ ਹੀ ਹੋਣਾ ਚਾਹੀਦਾ ਹਾਂ ਸੋ ਇਹ ਦੈਟ This is something different. ਤੇ ਹੁਣ ਮੈਂ ਪਹਿਲਾਂ ਨਾ ਉਹ ਸੁਣਨਾ ਜੋ ਮੇਰੇ ਕੰਨ ਤਰਸ ਰਹੇ ਨੇ ਸੁਣਨਾ ਅੱਛਾ ਗਾਣਾ ਆ ਗਿਆ ਭਾਜੀ ਕੁਮਕਿਆ ਹੋਇਆ ਹਾਏ ਹਾਏ ਕਿਆ ਗਾਣਾ ਹੈ ਕਿਆ ਗਾਣਾ ਹੈ ਭਾਜੀ ਕਿਆ ਗਾਣਾ ਮਤਲਬ ਮੈਨੂੰ ਗਾ ਕੇ ਸੁਣਾਓ ਪਹਿਲਾਂ ਉਹ ਤੋਂ ਬਾਅਦ ਮੈਂ ਅਗਲੀ ਗੱਲ ਇਹ ਤੇ ਹੱਥ ਨਹੀਂ ਲਾਣਾ ਜਿੰਨੀ ਮਰਜ਼ੀ ਭੁੱਖ ਲੱਗ ਰਹੀ ਹੈ ਦਿੱਤੀ ਜੀ ਨਾ ਤੁਸੀਂ ਸੋਹਣੀ ਕੁੜੀ ਹੋ ਮੈਂ ਫਿਰ ਵੀ ਮੈਂ ਬਹੁਤ ਮਤਲਬ ਹਿੰਮਤ ਵਾਲਾ ਬੰਦਾ ਮੈਂ ਕੁੜੀ ਦੇਖ ਕੇ ਪਿਘਲਦਾ ਨਹੀਂ ਆਈ ਐਮ ਵੈਰੀ ਸਖਤ ਬੰਦਾ ਮੈਂ ਕੁੜੀਆਂ ਲਈ ਬਿਲਕੁਲ ਬਾਇਸ ਨਹੀਂ ਹਾਂ ਪਹਿਲਾਂ ਗਾਣਾ ਹੋਊਗਾ ਫਿਰ ਢਾਬੇ ਦੀ ਰੋਟੀ ਹੋਊਗੀ ਉਹ ਤੋਂ ਬਾਅਦ ਗਾਹਾਂ ਆਪਾਂ ਗੱਲਾਂ ਕਰਾਂਗੇ ਓਕੇ
ਚੱਕੋ ਭਾਜੀ ਸਰਤਾਜ ਕਿੱਸਾ ਜੋੜਦੇ ਪ੍ਰੀਤ ਦਾ ਰੂ ਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ ਸਾਨੂੰ ਸਿਰਾ ਨੀਥੇ ਆਉਂਦਾ ਸੁੱਚੇ ਗੀਤ ਦਾ ਚਾਹ ਤਾਂ ਵੱਡੇ ਚਾਹ ਤਾਂ ਵੱਡੇ ਚਾਹ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਘੁਮਕੇ ਦੱਸੋ ਜੀ ਹੁਣ ਕੀ ਲਿਖੀਏ ਕਿਆ ਬਾਤ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਸਾਡੇ ਡੱਬੇ ਭਰ ਗਏ ਨੇ ਨਾਲ ਟਿੱਕੇ ਦੱਸੋ ਕਮਾਲ ਦੀ ਗੱਲ ਹੈ ਕਿਆ ਬਾਤ ਹੈ ਇਹ ਤਾਂ ਭਾਜੀ ਇਹੀ ਤੁਹਾਡੀ ਖਾਸੀਅਤ ਹੈ ਪਿਛਲੀ ਵਾਰੀ ਜਦੋਂ ਤੁਸੀਂ ਆਏ ਸੀ ਤੁਸੀਂ ਢਾਬੇ ਤੇ ਵੀ ਗਾਣਾ ਗਾਇਆ ਸੀ ਤੁਹਾਨੂੰ ਯਾਦ ਹੈ ਤੁਸੀਂ ਭਾਜੀ ਦੀ ਖਾਸੀਅਤ ਹੋਰ ਹੈ ਇਹਨਾਂ ਨੂੰ ਕੋਈ ਸ਼ਬਦ ਦੇ ਦਿਓ ਸ਼ਬਦ ਦਾ ਮਤਲਬ ਇੰਨਾ ਸੋਹਣਾ ਗਾਣਾ ਬਣਾ ਦਿੰਦੇ ਮੈਂ ਇੱਕ ਸ਼ਬਦ ਤੇ ਗੇਂਦ ਦਿੱਤੀ ਸੀ ਤੁਹਾਨੂੰ ਕਿ ਵੀ ਗੇਂਦ ਤੇ ਗਾਣਾ ਬਣਾਓ ਭਾਜੀ ਨੇ ਉਹ ਵੀ ਮਤਲਬ ਬਣਾਤਾ ਸੀ ਤੇ ਭਾਜੀ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ ਸਵਾਦ ਮੈਨੂੰ ਪੂਰਾ ਆਇਆ ਤੇ ਮੈਨੂੰ ਪਤਾ ਤੁਹਾਡਾ ਵੀ ਜੀ ਕਰ ਰਿਹਾ ਹੁਣ ਕੁਝ ਖਾਣ ਦਾ ਹਾਂ ਮੈਨੂੰ ਪਤਾ ਕਿਉਂਕਿ ਜਦੋਂ ਭਾਜੀ ਬਾਹਰ ਬੈਠੇ ਸੀ ਢਾਬੇ ਦੇ ਤੇ ਉਹ ਉਡੀਕਦੇ ਸੀ ਵੀ ਕੁਝ ਖਾਣ ਨੂੰ ਆ ਜੇ ਕਿਉਂਕਿ ਸਾਨੂੰ ਭੁੱਖ ਲੱਗ ਰਹੀ ਹੈ ਪ੍ਰਮੋਸ਼ਨਾਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਕੋਈ ਪੁੱਛਦਾ ਨਹੀਂ ਰੋਟੀ ਤਾਂ ਹੀ ਤਾਂ ਢਾਬੇ ਤੇ ਆਉਂਦੇ ਆ ਸਾਡਾ ਇਹੀ ਖਾਸੀਅਤ ਹੈ ਭਾਜੀ ਮੋਮ ਡੈਡ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਤਾਂ ਕੋਈ ਪੁੱਛੂਗਾ ਨਹੀਂ ਪਰ ਜੇ ਤੂੰ ਰੋਟੀ ਖਾਏਗਾ ਆਰਟਿਸਟਾਂ ਨੂੰ ਉਹਨਾਂ ਨੇ ਤੈਨੂੰ ਕਦੇ ਭੁੱਲਣਾ ਨਹੀਂ ਤੇ ਜਦੋਂ ਭੁੱਖ ਲੱਗਣੀ ਇੱਥੇ ਆ ਹੈ ਨਾ ਅਤੀ ਜੀ ਸਟਾਰਟ ਕੀਜੀਏ ਆਪਣੇ ਹਿਸਾਬ ਨਾਲ ਤੇ ਭਾਜੀ ਨੂੰ ਤਾਂ ਪਤਾ ਹੀ ਹੈ ਕਿ ਉਹਨਾਂ ਨੇ ਕੀ ਖਾਣਾ ਹੈ ਕੀ ਨਹੀਂ ਇਹ ਇਜ਼ ਸਮ ਟਾਈਮ ਡਾਈਟ ਕੌਨਸ਼ੀਅਸ ਸਮ ਟਾਈਮ ਨਾਟ ਜਨਰਲੀ ਆਈ ਐਮ ਓ ਖਾ ਕੇ ਬੁਰਾਈ ਨਹੀਂ ਕਰਨੀ ਤਾਰੀਫ ਹੀ ਕਰਨੀ ਕੈਮਰਾ ਆਨ ਹੈ ਆਹਾ ਬਸ ਆ ਇਹੀ ਆਪਸ਼ਨ ਹੈ ਹੋਰ ਕੋਈ ਆਪਸ਼ਨ ਹੀ ਨਹੀਂ ਕ੍ਰਿਸਪੀ ਸਵੀਟ ਚਲੋ ਕੋਈ ਨਾ ਅਸੀਂ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੇਖਦੇ ਹਾਂ ਬ੍ਰੇਕ ਦੇ ਵਿੱਚ ਲੁੱਕਸ ਚੇਂਜ ਹੁੰਦੀਆਂ ਕਿ ਨਹੀਂ ਠੀਕ ਹੈ ਜੀ ਸੋ ਗਾਇਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਬ੍ਰੇਕ ਦੇ ਵਿੱਚ ਜੋ ਹੋਇਆ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਅਤੇ ਗਾਣਾ ਮੈਨੂੰ ਆਉਂਦਾ ਨਹੀਂ ਤਾਂ ਮਤਲਬ ਮੈਂ ਦੱਸਦਾ ਹੀ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਦਲ ਜਾਓਗੇ ਹੈ ਨਾ ਇੱਦਾਂ ਦੀ ਕੋਈ ਗੱਲ ਹੋਈ ਸੀ ਅਤੇ ਦੋਵੇਂ ਜਣੇ ਨਾ ਸਰਤਾਜ ਭਾਜੀ ਅਤੇ ਅਦਿਤੀ ਜੀ ਸ਼ੀਸ਼ੇ ਲੈ ਕੇ ਬਹਿ ਗਏ ਕਹਿੰਦੇ ਬਦਲੇ ਤਾਂ ਨਹੀਂ ਗਏ ਸੀ ਮਤਲਬ ਇਹਨਾਂ ਦੀ ਤਾਂ ਮੈਂ ਇੱਕ ਖਾਸੀਅਤ ਦੱਸਾਂ ਮੈਂ ਹੁਣੇ ਨੋਟਿਸ ਕਰ ਲਈ ਭਾਜੀ ਗੱਲਾਂ ਗੱਲਾਂ 'ਚ ਇਹਨਾਂ ਨੂੰ ਜੋ ਕਹੋ ਇਹਨਾਂ ਨੂੰ ਸੱਚ ਲੱਗਦਾ ਅੱਛਾ ਤੁਸੀਂ ਹੁਣ ਪੁੱਛ ਰਹੇ ਸੀ ਵੀ ਇੱਧਰ ਇੱਕ ਪੇਂਟਿੰਗ ਪਈ ਸੀ ਨਾ ਕਿ ਵੀ ਕਿੱਥੇ ਦੀ ਹੈ ਮੈਂ ਕਿਹਾ ਯੁਗਾਂਡਾ ਦੀ ਕਹਿੰਦੇ ਉਹ ਰੀਅਲੀ ਮੰਨ ਗਏ ਨਹੀਂ ਐਕਸਪ੍ਰੈਸ਼ਨ ਰੀਅਲੀ ਵਾਲੇ ਸੀਗੇ ਉਹ ਤੁਹਾਡਾ ਆਪਣਾ ਸੀਗਾ ਹੈ ਨਾ ਅਤੇ ਹੁਣ ਮੈਂ ਕਿਹਾ ਵੀ ਕਿਤੇ ਤੁਸੀਂ ਬਦਲਣਾ ਚਾਹੋ ਤਾਂ ਇਹ ਕ੍ਰੋਸ ਚੈੱਕ ਕਰ ਰਹੇ ਸੀ ਆਪਣੇ ਆਪ ਨੂੰ ਬਈ ਕਿਤੇ ਮੈਂ ਬਦਲ ਤਾਂ ਨਹੀਂ ਗਈ ਇਹ ਗੱਲ ਕੀਤੀ ਸੀ ਕਿ ਨਹੀਂ ਕੀਤੀ ਬਿਲਕੁਲ ਕੀਤੀ ਸੀ ਅਤੇ ਮੂਵੀ ਦੇ ਵਿੱਚ ਵੀ ਇਹੋ ਜਿਹਾ ਸਿਸਟਮ ਇਹਨਾਂ ਦਾ ਕਿ ਬਈ ਕਿ ਮੂਵੀ ਦੇ ਵਿੱਚ ਐਕਟ ਕਰ ਰਹੇ ਨੇ ਬਦਲ ਹੀ ਗਏ ਨੇ ਬੇਸਿਕਲੀ ਪ੍ਰੋਪਰ ਫਿਰ ਮੂਵੀ ਦੇ ਮੈਨੂੰ ਲੱਗਿਆ ਤਾਂ ਹੈ ਨਹੀਂ ਦੇਖ ਕੀ ਇਹੋ ਜਿਹਾ ਹੋਊਗਾ ਭਾਜੀ ਇਹ ਤਾਂ ਤੁਸੀਂ ਬਹੁਤ ਡਿਫਰੈਂਟ ਚੀਜ਼ ਲੈ ਕੇ ਆ ਰਹੇ ਹੋ ਇਸ ਵਾਰੀ ਇਹ ਤਾਂ ਪੰਜਾਬੀ ਇੰਡਸਟਰੀ ਦੀ ਇਹ ਲੱਗਿਆ ਨਾ ਕਿ ਗਾਣਾ ਆ ਗਿਆ ਜਾਂ ਸਾਰੀ ਫਿਲਮ ਤੇ ਖੁੱਲ ਗਈ ਮੈਨੂੰ ਤਾਂ ਇਹੀ ਲੱਗਿਆ ਸਾਗਾ ਨੂੰ ਵੀ ਇਹੀ ਲੱਗਦਾ ਸੀ ਅੱਛਾ ਹਾਂ ਤੇ ਉਹਨਾਂ ਨੂੰ ਜੇ ਬਾਅਦ ਚ ਪਤਾ ਲੱਗਿਆ ਕਿ ਬਦਲ ਹੀ ਗਿਆ ਸਭ ਕੁਝ ਤੇ ਬੈਸਟ ਮੂਮੈਂਟ ਕੀ ਸੀ ਸ਼ੂਟਿੰਗ ਦੇ ਦੌਰਾਨ ਮਤਲਬ ਕਿਹੜਾ ਤੁਹਾਡਾ ਕਿਹੜਾ ਇਧਰ ਪੁੱਛੋ ਹਾਂ ਕਿਉਂਕਿ ਇਹਨਾਂ ਨੂੰ ਪੁੱਛੋ ਤਾਂ ਹੀ ਤੁਹਾਡੀ ਤਾਰੀਫ ਕਰੂਗਾ ਗੱਲ ਬਣੀ ਓਕੇ ਓਕੇ ਕੋਈ ਮਤਲਬ ਨਹੀਂ ਤੁਹਾਨੂੰ ਪੰਜਾਬੀ ਥੋੜੀ ਆਉਂਦੀ ਹੈ ਨਹੀਂ ਜੀ ਪੂਰੀ ਆਉਂਦੀ ਪੂਰੀ ਆਉਂਦੀ ਹੈ ਚੰਗੀ ਗੱਲ ਹੈ ਮੈਨੂੰ ਲੱਗਾ ਥੋੜੀ ਆਉਂਦੀ ਹੈ ਮੈਂ ਫਿਰ ਪੂਰੀ ਆਉਂਦੀ ਹਾਂ ਠੀਕ ਹੈ ਚਲੋ ਦੱਸੋ ਦੱਸੋ ਕਿਹੜਾ ਬੈਸਟ ਮੂਮੈਂਟ ਸੀਗਾ ਬੈਸਟ ਮੂਮੈਂਟ ਕਿਹੜਾ ਹਾਂਜੀ ਹਾਂਜੀ ਲਾਈਕ ਫਨੀ ਮੂਮੈਂਟ ਕਿਹੜਾ ਸੀ ਤੁਹਾਨੂੰ ਜਿਹੜਾ ਯਾਦ ਆਉਂਦਾ ਤੁਸੀਂ ਕੁੜੀ ਮੈਂ ਜੋ ਮਰੀ ਸਵਾਲ ਪੁੱਛਾਂ ਜੋ ਤੁਸੀਂ ਜਵਾਬ ਦੋਗੇ ਮੈਂ ਤਾਂ ਇਹ ਕਹਿੰਦਾ ਵਾਹ ਕੀ ਜਵਾਬ ਦਿੱਤਾ ਆਈ ਐਮ ਲਿਟਲ ਬਿਟ ਬਾਇਸਡ ਨਾ ਆਈ ਥਿੰਕ ਮੈਨੂੰ ਲੱਗਦਾ ਕਿ ਦਾ ਸੈਟ ਦਾ ਖਾਣਾ ਜੋ ਸੀ ਨਾ ਆਈ ਥਿੰਕ ਉਹ ਤਾਂ ਹਾਈ ਪੁਆਇੰਟ ਹੋਦਾ ਬਸ ਇਹ ਖਾਣੇ ਦੇ ਕਰਕੇ ਇੱਥੇ ਆ ਕੇ ਦੇਖੋ ਸ਼ਾਮ ਨੂੰ ਕੀ ਅੱਜ ਕੀ ਆਇਆ ਹੈ ਅੱਜ ਕੀ ਖਾਣੇ ਵਾਲੇ ਹਨ ਤਾਂ ਆਈ ਥਿੰਕ ਉਹ ਬੜਾ ਬੈਸਟ ਬਾਟ ਫੂਡ ਸੀਗਾ ਤੇ ਤੁਸੀਂ ਦੱਸੋ ਇਹਨਾਂ ਦਾ ਬੈਸਟ ਮਤਲਬ ਇਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀ ਹੈ ਖਾਣੇ 'ਚ ਸੱਚੀ ਹਾਂਜੀ ਚਲੋ ਇਹਦੇ ਨਾਲ ਕੈਮਿਸਟਰੀ ਟੈਸਟ ਵੀ ਹੋ ਗਿਆ ਕਿ ਇਹ ਸੱਚੀ ਇੱਕ ਦੂਜੇ ਲਈ ਬਣੇ ਆ ਤੇ ਇਹਨਾਂ ਨੂੰ ਕੀ ਪਸੰਦ ਹੈ ਹੈਲਥ ਫੂਡ ਹੈ ਇਦਾਂ ਬੋਲ ਕੇ ਤੁਸੀਂ ਇੱਕ ਬਹੁਤ ਵੱਡਾ ਦਾਇਰਾ ਲੈ ਲਿਆ ਨਹੀਂ ਨਹੀਂ ਗ੍ਰੀਨ ਟੀ ਐਂਡ ਗ੍ਰਿਲਡ ਸੈਂਡਵਿਚ ਓਕੇ ਬ੍ਰਾਊਨ ਬ੍ਰੈਡ ਵਾਲਾ ਵਾਹ ਸਾਰਾ ਕੁਝ ਇਹ ਹੁੰਦੀ ਆ ਮੂਵੀ ਹਿੱਟ ਹੈ ਜੀ ਪ੍ਰੋਟੀਨ ਬਾਰਸ ਵੀ ਖਾਂਦੇ ਭਾਈ ਤੁਸੀਂ ਐ ਤਾਂ ਜਿੰਦੇ ਹੈ ਪ੍ਰੋਟੀਨ ਬਾਰਸ ਕੀ ਬਾਤ ਹੈ ਭਾਈ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਬੰਦੇ ਨੂੰ ਇੱਕ ਡਾਈਟ ਕੌਨਸ਼ੀਅਸ ਹੋਣਾ ਚਾਹੀਦਾ ਬਟ ਇਹ ਗੱਲਾਂ ਇੱਥੇ ਨਹੀਂ ਕਰਨੀ ਕੋਈ ਜੈਲਸ ਵੀ ਫੀਲ ਕਰ ਸਕਦਾ ਹੈ
ਕਿਸੇ ਕੋਲ ਬਹੁਤ ਕੁਛ ਹੈ ਨਾ ਖਾਣ ਪੀਣ ਦਾ ਸਮਾਨ, ਤੇ ਭਾਅ ਜੀ ਉਹੀ ਸਾਰੀ ਸ਼ੂਟਿੰਗ ਹੋਈ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਮਤਲਬ ਹੈ ਨਾ ਕਾਫੀ ਸ਼ੂਟਿੰਗ ਉੱਥੇ ਹੋਈ ਹੈ, ਤੇ ਚਲੋ ਤੁਸੀਂ ਤੁਹਾਡੇ ਲਈ ਨਵੀਂ ਚੀਜ਼ ਹੋਊਗੀ, ਭਾਅ ਜੀ ਲਈ ਪੰਜਾਬ ਯੂਨੀਵਰਸਿਟੀ ਦਾ ਦੂਜਾ ਘਰ, ਮਤਲਬ ਪਹਿਲਾ ਘਰ ਸਾਰਾ ਕੁਛ ਹੈ ਨਾ, ਸਭ ਕੁਛ ਉੱਥੇ ਹੀ ਭਾਅ ਜੀ, ਬ੍ਰਾਂਡ ਅੰਬੈਸਡਰ ਜਿਹੜੇ ਯੂਨੀਵਰਸਿਟੀ ਦੇ ਹੈ ਨਾ, ਤੇ ਮਤਲਬ ਉਹ ਤਾਂ ਫਿਰ ਫੁੱਲ ਐਸ਼ ਕੀਤੀ ਹੋਣੀ ਉੱਥੇ ਹੈ ਨਾ। ਇਹ 143 ਨੰਬਰ ਭਾਅ ਜੀ, ਰੂਮ ਨੰਬਰ 143, ਇਹ ਮਤਲਬ ਯਾਦਾਂ ਬਹੁਤ ਨੇ ਹੈ ਨਾ, ਤੇ 143 ਦਾ ਮਤਲਬ ਆਈ ਲਵ ਯੂ। ਤੇ ਭਾਅ ਜੀ ਕਮਾਲ ਦੀ ਗੱਲ ਹੈ, ਰੱਬ ਵੀ ਨਾ ਆਰਟਿਸਟਾਂ ਨੂੰ ਉਹੀ ਮਾਹੌਲ ਦਿੰਦਾ ਪਹਿਲਾਂ ਹੀ ਸ਼ੁਰੂ ਤੋਂ, ਕਿ ਬੰਦੇ ਨੂੰ ਲੱਗਿਆ ਅੱਛਾ ਮੈਨੂੰ 143 ਰੂਮ ਨੰਬਰ ਤਾਂ ਮਿਲਿਆ ਸੀ ਕਿਉਂਕਿ ਮੈਂ ਸ਼ਾਇਰ ਬਣਨਾ ਸੀ, ਮੈਂ ਸੂਫੀ ਗਾਣੇ ਗਾਉਣੇ ਸੀ, ਤੇ ਮੈਂ ਰਾਈਟਿੰਗ ਕਰਨੀ ਸੀ ਹੈ ਨਾ। ਤੇ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਭਾਅ ਜੀ, ਤੇ ਇਸ਼ਕ ਵੀ ਹੋ ਜਾਂਦਾ ਬੰਦੇ ਨੂੰ ਕਾਲਜ ਲਾਈਫ ਦੇ ਵਿੱਚ, ਮੁਹੱਬਤ ਵੀ ਹੁੰਦੀ ਹੈ, ਸਭ ਕੁਛ ਹੈ ਨਾ ਹੁੰਦਾ ਹੀ ਹੈ। ਤੇ ਬੰਦਾ ਸ਼ਾਇਰ ਹੁੰਦਾ ਤਾਂ ਫਿਰ ਲਿਖਦਾ ਵੀ ਬਹੁਤ ਸੋਹਣਾ ਹੈ। ਕਦੇ ਕਿਸੇ ਕੁੜੀ ਲਈ ਕੁੱਟਦੇ ਤਾਂ ਨਹੀਂ ਹੋ ਤੁਸੀਂ, ਇੰਨੇ ਤਾਂ ਨਹੀਂ, ਹੱਥ ਉੱਤੇ ਇੱਦਾਂ ਨਾ ਕਰੋ, ਨੋਰਮਲ ਸਵਾਲ। ਕਦੇ ਕਿਸੇ ਕੁੜੀ ਲਈ ਮਤਲਬ ਤੁਸੀਂ ਆਪਣਾ ਇਸ਼ਕ ਜ਼ਾਹਿਰ ਕਰਨ ਲਈ ਕੋਈ ਸ਼ਾਇਰੀ ਲਿਖੀ ਹੋਵੇ? ਕੁੜੀ ਦਾ ਨਾਂ ਤਾਂ ਚਲੋ ਹੁਣ ਕੀ ਦੱਸਣਾ, ਹੁਣ ਤਾਂ ਵਿਆਹ ਵੀ ਹੋ ਹੀ ਗਿਆ ਹੋਣਾ ਸਾਰਾ ਕੁਛ, ਚਲੋ ਫਿਰ ਕੀ ਹੈ ਨਾ, ਪਰ ਸ਼ਾਇਰ ਸ਼ੇਰ ਸੁਣਾ ਦੋ ਤਾਂ। ਮੈਂ ਇਕੱਲੇ ਨੇ ਨਹੀਂ ਸਾਡੇ, ਹਾਂ ਮੈਂ ਤੁਹਾਡੇ ਕੰਮ ਦੀ ਹੀ ਗੱਲ ਦੱਸਣ ਲੱਗਿਆ, ਜਿੰਨਾ ਸਾਰਾ ਸਰਕਲ ਹੁੰਦਾ ਸੀ ਨਾ, ਹਾਂ ਸਾਰੀ ਆਸ਼ਿਕ ਸੀ, ਉਹ ਸਾਰਿਆਂ ਨੂੰ ਕੀ ਨਹੀਂ ਹੁੰਦਾ ਇੱਕ ਪਿਆਰ ਦੇ ਮੌਸਮ ਚੱਲ ਰਹੇ ਹੈ ਨਾ, ਲਵ ਡੇ, ਕਿਸ ਡੇ, ਯੇ ਡੇ, ਵੋ ਡੇ, ਫਲਾਣਾ ਡੇ, ਇਹ ਤੋਂ ਪਹਿਲਾਂ ਕਿਕ ਡੇ ਆਏ, ਤੁਸੀਂ ਇੱਕ ਸ਼ਾਇਰੀ ਮੇਰੇ ਵੱਲੋਂ, ਮੇਰੀ ਜਿੰਨੀਆਂ ਵੀ ਸਹੇਲੀਆਂ ਨੇ, ਮਤਲਬ ਹਜੇ ਕੋਈ ਹੈ ਨੀ ਤਾਂ ਮਤਲਬ ਖੁੱਲ੍ਹਾ ਸੱਦਾ ਸਾਰਿਆਂ ਨੂੰ, ਜਿੰਨੀਆਂ ਵੀ ਸਹੇਲੀਆਂ ਨੇ ਉਹਨਾਂ ਨੂੰ ਸ਼ਾਇਰੀ ਸੁਣਾ ਦਿਓ ਮੇਰੇ ਵੱਲੋਂ। ਘੈਂਟ ਜੀ, ਗੁਲੇ ਯਾਸਮੀਨ ਤੁਝਸੇ ਸਿੱਖੇ ਹੈ ਸ਼ੋਖੀਆਂ, ਨਾਰਾਜ਼ ਹੋ ਗਿਆ ਕਦੇ ਗੁਲੇ ਆਦਮੀ ਤਾਂ ਮੈਂ ਤੋਂ ਤਰਫ ਸਰਤਾਜ ਭਾਈ ਜੀ ਬਹੁਤ ਚੱਲੇ, ਤੁਹਾਨੂੰ ਪਤਾ ਹੀ ਹੈ, ਚਲੋ ਤੁਸੀਂ ਭਾਜੀ ਕਰੋ, ਕੁੜੀਆਂ ਦੀ ਗੱਲਾਂ ਚ ਨਹੀਂ ਆਉਣਾ, ਹਾਂ ਸ਼ੁਰੂ ਕਰੋ। ਗੁਲੇ ਯਾਸਮੀਨ ਜਿਸਸੇ ਸਿੱਖੇ ਹੈ ਸ਼ੋਖੀਆਂ, ਖੁਸ਼ਬੂ ਵੀ ਆ ਕੇ ਮਾਂਗੇ ਰੋਜ਼ ਨਜ਼ਦੀਕੀਆਂ, ਵਾਹ ਗ਼ਜ਼ਲ ਗੁਫ਼ਤਗੂ ਹੋਈ ਰੂਬਰੂ ਕੇ ਸ਼ਾਇਰ ਖੜੇ ਇਸ਼ਕ ਗਾਹ ਮੇਂ, ਸ਼ਗੁਫ਼ਤਾ ਦਿਲੀ ਤੁਮਹੀਂ ਸੇ ਮਿਲੀ, ਅਜਬ ਕੈਫੀਅਤ ਹੈ ਨਿਗਾਹ ਮੇਂ, ਯੇ ਮੁਹੱਬਤੇਂ ਜਨੂੰ ਗ਼ਜ਼ਤੇਂ, ਖੁਮਾਰੀ ਹੈ ਤੇਰੀ ਪਨਾਹ ਮੇਂ। ਖਤਮ ਹੋ ਗਏ, ਵਾਹ ਭਾਜੀ, ਇਹਦੇ ਵਿੱਚ ਇੰਨੇ ਸ਼ਬਦ ਇੱਦਾਂ ਦੇ ਸੀਗੇ ਜਿਹੜੇ ਮੈਨੂੰ ਨਹੀਂ ਸਮਝਿਆ, ਉਹਨਾਂ ਨੂੰ ਆਉਂਦੇ ਹੋਣੇ, ਮਤਲਬ ਜੇ ਨਹੀਂ ਵੀ ਆਇਆ ਲੱਗਣਾ ਕੁਛ ਵਧੀਆ ਹੀ ਹੈ, ਕੁਛ ਵਧੀਆ ਹੈ, ਕੁਛ ਵਧੀਆ ਹੈ, ਅਤੇ ਬਹੁਤ ਵਧੀਆ ਹੈ, ਇਹ ਵੀ ਜਿਵੇਂ ਇੱਦਾਂ ਦੇ ਸ਼ਬਦ ਸੀਗੇ, ਅਤੇ ਉਹਦੇ ਨਾਲ ਨਾ ਗੱਲ ਹੋਰ ਪੱਕੀ ਹੋ ਜਾਂਦੀ ਹੈ, ਅਤੇ ਤੁਸੀਂ ਵੀ ਇੱਦਾਂ ਹੀ ਇਜ਼ਹਾਰ ਕੀਤਾ, ਸੰਜੀਦਾ ਹੋ ਜਾਂਦੀ ਹੈ ਪੱਕੀ, ਠੀਕ ਹੈ ਭਾਜੀ, ਕਿਉਂਕਿ ਸੰਜੀਦਾ ਬਹੁਤ ਸੰਜੀਦਗੀ ਨਾਲ ਸਮਝ ਆਉਂਦਾ ਲੋਕਾਂ ਨੂੰ, ਅਤੇ ਕਈ ਵਾਰੀ ਇੱਦਾਂ ਤਾਂ ਨਹੀਂ ਹੋਇਆ ਵੀ ਤੁਸੀਂ ਕਿਸੇ ਕੁੜੀ ਨੂੰ ਆਪਣੇ ਇਸ ਅੰਦਾਜ਼ ਦੇ ਵਿੱਚ ਪ੍ਰਪੋਜ਼ ਕੀਤਾ ਹੋਵੇ ਅਤੇ ਕੁੜੀ ਹਾਂ ਵੀ ਕਰਦੇ ਕਰਦੇ ਕਹਿੰਦੀ ਵੀ ਸਮਝ ਨਹੀਂ ਆਈ ਬਈ, ਹੋਇਆ ਕਦੇ ਹੋਇਆ? ਨਹੀਂ ਮੇਰੇ ਨਾਲਦਿਆਂ ਤੇ ਹੋਇਆ, ਨਹੀਂ ਨਹੀਂ ਇਹ ਨਾ ਮੈਨੂੰ ਕਦੇ ਕਦੇ ਲੱਗਦਾ ਭਾਜੀ ਨਾਲਦਿਆਂ ਦਾ ਨਾਂ ਲੈ ਲੈ ਕੇ ਹੈ ਨਾ, ਆਪਣੀ ਗੱਲ ਦੱਸ ਦੂਗੇ ਪਰ ਨਾਲਦਿਆਂ ਦਾ ਨਾਂ ਲੈ ਰਹੇ ਹੋ, ਦੇਖੋ ਕੁਝ ਨਾ ਕੁਝ ਸਪੋਰਟਿੰਗ ਐਕਟਰਸ ਲੈਣੇ ਪੈਂਦੇ ਆ, ਬਸ ਫਿਰ ਮੈਂ ਸਮਝ ਗਿਆ ਕਿ, ਪਰ ਤੁਸੀਂ ਕਿੱਸਾ ਸੁਣਾਓ, ਅਸੀਂ ਆਪ ਸਮਝ ਲਾਂਗੇ ਵੀ ਤੁਹਾਡੇ ਨਾਲ ਹੋਇਆ, ਉਹ ਸਮਝ ਲਓ ਜਿਵੇਂ ਫਸ ਕਰੋ ਲਾਇਬ੍ਰੇਰੀ 'ਚ ਬੈਠੇ ਹਾਂ, ਬਹੁਤ ਬੈਠੇ ਭਾਜੀ ਲਾਇਬ੍ਰੇਰੀ 'ਚ, ਇਹ ਵੀ ਪਤਾ ਸਾਰਿਆਂ ਨੂੰ, ਠੀਕ ਹੈ, ਆਹ ਜਿਹਦਾ ਟੇਬਲ ਲੱਗਾ ਹੋਇਆ ਇੱਥੇ ਕਿਤਾਬਾਂ ਰੱਖ ਲਈਆਂ, ਸਾਹਮਣੇ ਵੀ ਕੁਰਸੀ ਪਈ ਹੁੰਦੀ, ਇੱਧਰ ਵੀ ਪਈ ਹੁੰਦੀ, ਅਤੇ ਬੰਦੇ ਨੂੰ ਲੱਗਦਾ ਕਿ ਯਾਰ ਪੜ੍ਹਾਈ ਪੜ੍ਹਾਈ ਤਾਂ ਚਲੋ ਚੱਲਦੀ ਆ, ਥੋੜ੍ਹੀ ਜਿਹੀ ਨਿਗਾਹ ਮਿਲ ਜਾਂਦੀ ਆ, ਫਿਰ ਇੱਕ ਅੱਧਾ ਚੈਪਟਰ ਹੋ ਜਾਂਦਾ ਫਿਰ ਮਿਲ ਜਾਂਦੀ ਆ, ਫਿਰ ਮੈਨੂੰ ਲੱਗਦਾ ਕਿ ਪਿਆਰ ਟੋਲਦੀ, ਕਿਤਾਬਾਂ ਰਹਿੰਦੀ ਫੋਲਦੀ, ਅਤੇ ਸਾਡੇ ਨਾਲ ਗੱਲ ਨਾ ਕਰੇ ਫਿਰ ਗਾਣਾ ਬਣ ਜਾਂਦਾ, ਕਹਿੰਦੀਆਂ ਬੜਾਈ ਕੁਝ ਰਹਿੰਦੀਆਂ ਦਿਲਾਂ ਦੀ ਗੱਲ ਦੱਸਣ, ਵਾਹ, ਅਤੇ ਗਾਣੇ ਸਾਰੇ ਬਣੇ ਆਪਣੇ ਪਿਆਰ ਦੇ ਲਈ ਹੈ, ਨਾਮ ਹੁਣ ਦੋਸਤਾਂ ਦਾ ਲਗਾਇਆ ਜਾ ਰਿਹਾ ਹੈ, ਮੈਂ ਤਾਂ ਕੀ ਦੱਸਾਂ ਹੁਣ, ਇੱਕ ਤੁਸੀਂ ਆਪਣਾ ਕਿੱਸਾ ਸੁਣਾ ਦਿਓ, ਇੱਦਾਂ ਕਿਸੇ ਨੇ ਚੈਪਟਰ ਪੜ੍ਹਦੇ ਪੜ੍ਹਦੇ ਤੁਹਾਨੂੰ ਪ੍ਰਪੋਜ਼ ਕੀਤਾ ਹੋਵੇ। ਸੱਚਾ ਪਿਆਰ ਹੈ
ਮੈਨੇ ਨਾ ਜਸ ਜਿਹੜਾ ਸਾਡਾ ਫਿਲਮ ਵਿੱਚ ਉਹ ਗਾਣਾ ਰਿਲੀਜ਼ ਹੋਇਆ ਮੈਂ ਇਹਨਾਂ ਨੂੰ ਪ੍ਰਪੋਜ਼ ਕਰ ਰਹੀ ਤੁਸੀਂ ਦੇਖਾ ਸੀ ਤਾਂ ਮਤਲਬ ਪ੍ਰੈਕਟਿਸ ਸ਼ੁਰੂ ਤੋਂ ਹੈ ਪ੍ਰੈਕਟਿਸ ਸ਼ੁਰੂ ਤੋਂ ਮੈਂ ਪ੍ਰਪੋਜ਼ ਕਰ ਰਹੀ ਹਾਂ ਅੱਛਾ ਤੇ ਮੈਂ ਕਹਿ ਰਹੀ ਹਾਂ ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਕਨਫਿਊਜ਼ ਲੱਗੀ ਅੱਛਾ ਤੁਸੀਂ ਕਨਫਿਊਜ਼ ਹੋ ਹਾਲੇ ਲੱਗ ਹੀ ਰਿਹਾ ਮਤਲਬ ਇਹ ਕੁੜੀਆਂ ਦੀ ਇਹ ਬੜੀ ਕਮੀ ਹੁੰਦੀ ਹੈ ਇਹ ਲੱਗਣ ਲਗਾਉਣ 'ਚ ਮੁੰਡੇ ਨੂੰ ਲਟਕਾ ਕੇ ਰੱਖਦੀਆਂ ਨਾ ਮੁੰਡਾ ਜਾਣ ਜੋਗਾ ਨਾ ਮੁੰਡਾ ਆਣ ਜੋਗਾ ਤੇ ਇਸ ਕਰਕੇ ਨਾ ਉਹ ਅੱਗੇ ਹੀ ਤੁਹਾਡੀ ਨਕਲੀ ਕਹਿੰਦੇ ਗੁਰਮੁਖੀ ਦੇ ਬੇਟਾ ਕੀ ਸੀ ਨਹੀਂ ਈੜੀ ਤਾਂ ਮੇਰੇ ਨਾਲ ਹੀ ਰਹਿੰਦੀ ਹੈ ਹਮੇਸ਼ਾ ਈੜੀ ਸੱਸਾ ਹਾਹਾ ਲੱਗਦਾ ਸਮਾਂ ਹੋ ਗਿਆ ਬ੍ਰੇਕ ਲੈਣ ਦਾ ਕਿਉਂਕਿ ਇਹ ਡਿਗਰੀ ਹੈ ਇਹਨੂੰ ਸਾਹਮਣਾ ਬਹੁਤ ਔਖਾ ਤੇ ਬ੍ਰੇਕ ਦੇ ਵਿੱਚ ਸਾਹਮੂਗਾ ਅਸੀਂ ਮਿਲਦੇ ਹਾਂ ਛੋਟੇ ਜੇ ਬ੍ਰੇਕ ਕੇ ਬਾਅਦ ਆਹ ਬੈਸਟ ਫੂਡ ਕਹੋ ਇਦਾਂ ਬੈਸਟ ਫੂਡ ਯਾ ਸੋ ਉਹ ਯਾ ਆਪਾਂ ਬ੍ਰੇਕ ਦੇ ਵਿੱਚ ਕਿੰਨੇ ਦੀਆਂ ਗੱਲਾਂ ਕਰੀ ਜਾਂਦੇ ਨਾ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਾ ਸਵਾਗਤ ਹੈ ਭਾਜੀ ਬ੍ਰੇਕ ਦੇ ਵਿੱਚ ਮੈਨੂੰ ਕਹਿੰਦੇ ਕਹਿੰਦੇ ਤੇਰੇ ਢਾਬੇ ਦਾ ਖਾਣਾ ਬਹੁਤ ਸਵਾਦ ਹੁੰਦਾ ਬੈਸਟ ਫੂਡ ਹੈ ਕਹਿੰਦੇ ਇਹ ਸਾਰੇ ਪਾਸੇ ਮੈਂ ਕਹਿੰਦੇ ਆਪਣੀ ਸੋਸ਼ਲ ਮੀਡੀਆ 'ਤੇ ਵੀ ਪਾਊਂਗਾ ਬਈ ਗੱਲ ਢਾਬੇ 'ਤੇ ਜ਼ਰੂਰ ਆਓ ਮੋਟਾ ਬਹੁਤ ਵਧੀਆ ਬੜੀਆਂ ਗੱਲਾਂ ਕਰਦੇ ਆਪਾਂ ਤੁਹਾਨੂੰ ਹੁਣ ਹਰ ਗੱਲ ਕੈਮਰੇ ਥੋੜ੍ਹੀ ਦੱਸਣੀ ਹੁੰਦੀ ਹੈ ਸਾਰੀ ਸਾਡੀ ਤਾਂ ਬਿਹਾਂਡ ਦਾ ਕੈਮਰਾ ਹੋ ਰਹੀ ਹੈ ਤੁਸੀਂ ਜਿੰਨੀ ਤਾਰੀਫ ਕੀਤੀ ਬਿਹਾਂਡ ਦਾ ਕੈਮਰਾ ਹੀ ਕੀਤੀ ਸਾਹਮਣੇ ਤਾਂ ਕੁਛ ਵੀ ਨਹੀਂ ਕੀਤਾ ਬਟ ਠੀਕ ਹੈ ਭਾਜੀ ਪ੍ਰੋਫੈਸ਼ਨਲਿਜ਼ਮ ਵੀ ਮੈਂ ਮੰਨਦਾ ਇਹ ਤਾਂ ਸਾਰਾ ਚੱਲਦਾ ਹੀ ਰਹਿੰਦਾ ਭਾਜੀ ਢਾਬੇ 'ਤੇ ਆਏ ਹੋ ਤੁਹਾਨੂੰ ਖਾਣਾ ਵਧੀਆ ਲੱਗਿਆ ਮੈਨੂੰ ਗੇਮ ਵਧੀਆ ਲੱਗਦੀ ਹੈ ਮੈਨੂੰ ਖੇਡਣਾ ਇੰਨਾ ਪਸੰਦ ਹੈ ਮੈਂ ਭਾਜੀ ਕੀ ਦੱਸਾਂ ਗੇਮ ਦੇ ਚੱਕਰ 'ਚ ਮੇਰੇ ਇੰਨੇ ਕੰਮ ਬਣ ਜਾਂਦੇ ਆ ਨਾ ਕਿਉਂਕਿ ਗੇਮ ਦੇ ਵਿੱਚ ਕੀ ਹੁੰਦਾ ਸਾਡੇ ਤੁਹਾਨੂੰ ਸਵਾਲ ਚੇਂਜ ਹੋ ਜਾਂਦੇ ਆ ਹਾਂ ਚਾਰ ਪਰਚੀਆਂ ਭਾਜੀ ਬਹੁਤ ਨੋਰਮਲ ਜੀ ਗੇਮ ਹੈ ਤੁਸੀਂ ਇਹਨੂੰ ਬਹੁਤ ਲਾਈਟਲੀ ਲਓਗੇ ਪਰ ਇਹ ਐੜਾ ਵੀ ਗਿਆ ਇਹ ਮੇਰਾ ਕੁਝ ਨਹੀਂ ਜਾ ਰਿਹਾ ਸਭ ਕੁਝ ਇੱਥੇ ਹੀ ਹੈ ਨਾਲ ਹੀ ਰਹਿੰਦੇ ਗੁਰਮੁਖੀ ਕੇ ਬੇਟੇ ਨਕਲੀ ਗੁਰਮੁਖੀ ਨਹੀਂ ਮੈਂ ਨਕਲੀ ਹੋ ਸਕਦਾ ਪਰ ਬੇਟਾ ਮੈਂ ਮੇਰਾ ਪਿਆਰ ਪੂਰਾ ਅਸਲੀ ਹੈ ਕੋਈ ਚੱਕਰ ਨਹੀਂ ਭਾਜੀ ਆਹ ਦੇਖੋ ਚਾਰ ਪਰਚੀਆਂ ਤੁਹਾਨੂੰ ਲੱਗੂਗਾ ਵੀ ਇਹ ਮੋਟਾ ਸਿਲੀ ਜੀ ਗੇਮ ਖੇਡ ਰਿਹਾ ਕੀ ਹੋਊਗਾ ਇਹਦੇ ਵਿੱਚ ਅਸੀਂ ਕੀ ਕਰਾਂ ਪ੍ਰੈਂਕ ਕਰਾਉਂਗਾ ਨਹੀਂ ਕੁਛ ਨਹੀਂ ਜਵਾਬ ਦਊਂਗੇ ਚੰਗਾ ਨਹੀਂ ਦਊਂਗੇ ਤਾਂ ਬਹੁਤ ਚੰਗਾ ਮੇਰੇ ਲਈ ਜੋ ਮੈਂ ਕਹੂੰਗਾ ਤੁਸੀਂ ਉਹ ਕਰ ਦਿਓ ਬਸ ਹੋਰ ਕੁਛ ਨਹੀਂ ਪਰਚੀ ਚੱਕੋ ਲੇਡੀਜ਼ ਫਸਟ ਹਾਂ ਹਾਂ ਹਾਏ ਕਰੋ ਕੋਈ ਨਾ ਕੋਈ ਨਾ ਡੋਂਗਾ ਗੇਮ ਹੈ ਖੋਲੋ ਹੁਣ ਤੁਸੀਂ ਪੜ੍ਹ ਨਹੀਂ ਪਾਓਗੇ ਓ ਸ਼ਿਟ ਲੈ ਕੁੰਬੜ ਕੇ ਇੱਧਰ ਆਓ ਚਲੋ ਤੁਸੀਂ ਪੜ੍ਹ ਦਿਓ ਕੋਈ ਨਾ ਤੁਸੀਂ ਪੜ੍ਹ ਕੇ ਸੁਣਾਓ ਤੁਸੀਂ ਪੰਜਾਬੀ ਦੇ ਰਾਈਟਰ ਦੀ ਹੈਂਡਰਾਈਟਿੰਗ ਤੇ ਚੈੱਕ ਕਰੋ ਮੇਰੀ ਮੇਰੀ ਜ਼ਬਾਨ ਤੇ ਨਹੀਂ ਅੱਛਾ ਤੁਸੀਂ ਇਹਨਾਂ ਨੂੰ ਆਪੋ ਦੇ ਦੀ ਆਪ ਹੀ ਪੜ੍ਹ ਲਓ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਮੈਂ ਜਿਹੜਾ ਸੁੱਖ ਬੋਲਿਆ ਸੀ ਨਾ ਉਹ ਮੁੱਖ ਸੀ ਮੈਂ ਤੁਹਾਨੂੰ ਦੱਸਣ ਲਈ ਕਿ ਉਹ ਮਾਂ ਦੇ ਉੱਤੇ ਲਾਈਨ ਹੁੰਦੀ ਹੈ ਤਾਂ ਹੈ ਨਾ ਉਹ ਮੈਂ ਮੁੱਖ ਮੰਤਰੀ ਜੇ ਤੁਸੀਂ ਬਣ ਗਏ ਪੰਜਾਬ ਦੇ ਚੀਫ ਮਿਨਿਸਟਰ ਆਫ ਪੰਜਾਬ ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰੋਗੇ ਬਦਲਾਵ ਕਿਹੜਾ ਲੈ ਕੇ ਆਓਗੇ ਜਿਹੜੀ ਅੱਜ ਕੱਲ੍ਹ ਦੀ ਸਰਕਾਰ ਨਹੀਂ ਲਾ ਪਾ ਰਹੀ ਭਾਜੀ ਨਾ ਇੰਗਲਿਸ਼ ਏਦਾਂ ਬੋਲ ਰਹੇ ਜਿਹਦਾ ਮੈਨੂੰ ਸਮਝ ਨਹੀਂ ਆ ਰਹੀ ਸਭ ਸਮਝ ਆਉਂਦਾ ਬੀ ਵਾਈਸ ਕਿਆ ਜੈਸੇ ਚੰਡੀਗੜ੍ਹ ਇਤਨਾ ਅੱਛਾ ਫਿਰ ਵੀ ਸਾਫ਼ ਸੁਥਰਾ ਸ਼ਹਿਰ ਹੈ ਕਾਫੀ ਅੱਛਾ ਫਿਰ ਵੀ ਨਹੀਂ ਸਾਡਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਹੀ ਹੈ ਇਹਦੇ ਬਾਰੇ ਫਿਰ ਵੀ ਨਹੀਂ ਲਾਣਾ ਇਹਦੇ ਮੂਰੇ ਇਹ ਸਭ ਤੋਂ ਸਾਫ਼ ਸੁਥਰਾ ਇਹ ਸਾਡਾ ਬੈਸਟ ਹੈ ਇਸ ਸਾਈਡ ਦਾ ਬੈਸਟ ਹੈ ਹਾਂ ਠੀਕ ਹੈ ਸਾਫ਼ ਸਾਫ਼ ਬਹੁਤ ਅੱਛਾ ਹੈ ਪੰਜਾਬ ਪਰ ਮੈਨੂੰ ਲੱਗਦਾ ਹੈ ਕਿ ਹੋਰ ਕਲੀਨ ਹੋ ਸਕਦਾ ਹੈ ਹੋਰ ਚਮਕਾ ਦੋਗੇ ਹਾਂਜੀ ਮਤਲਬ ਹੋਰ ਰੌਣਕਾਂ ਲੱਗ ਜੂਗੀਆਂ ਸ਼ਹਿਰ ਕੋ ਹਾਂਜੀ ਤੇ ਬਸ ਕਹਿਣ ਦਾ ਮਤਲਬ ਚਲੋ ਹੁਣ ਮੈਂ ਸਵਾਲ ਬਾਜੀ ਫਸਾਣ ਵਾਲਾ ਕੀਤਾ ਸੀ ਤੇ ਉਹ ਨੈਚੁਰਲੀ ਫਸ ਵੀ ਗਏ ਹੁਣ ਮੈਂ ਜੇ ਮੈਂ ਇਹ ਕਹਿਤਾ ਕਿ ਛੱਡ ਰਹੇ ਸੀ ਮੇਰੇ ਧੱਕੇ ਨਾਲ ਜਵਾਬ ਦਵਾਇਆ ਤੁਹਾਨੂੰ ਹਾਂ ਮੈਂ ਉਹ ਬਸ ਉਹ ਮੰਨ ਗਿਆ ਕਿ ਤੁਸੀਂ ਧੱਕੇ ਨਾਲ ਦਵਾਇਆ ਨਹੀਂ ਤਾਂ ਜੇ ਤੁਹਾਡੇ ਕੋਲ ਆਂਦਾ ਫਿਰ ਗੱਲ ਹੋਰ ਸੀ ਹੋ ਜਾਂਦੀ ਤੇ ਮੈਂ ਇਹ ਕਹੂੰਗਾ ਹੁਣ ਮੈਂ ਕਹਿਣਾ ਨਹੀਂ ਚਾਹੀਦਾ ਕਿ ਮਤਲਬ ਤੁਹਾਨੂੰ ਕੀ ਲੱਗਦਾ ਸਰਕਾਰਾਂ ਇਹ ਨਹੀਂ ਕਰ ਰਹੀਆਂ ਇਹ ਗੱਲ ਕਹਿ ਕੇ ਹੈ ਨਾ ਨਹੀਂ ਨਹੀਂ ਸਾਰਾ ਕੁਝ ਇੱਥੇ ਹੈ ਮੈਂ ਤੁਹਾਨੂੰ ਕਿਹਾ ਨਾ ਇਹਨਾਂ ਨੂੰ ਮੇਰੇ ਨਾਲ ਪਿਆਰ ਬਹੁਤ ਹੈ ਸਾਰਾ ਕੁਝ ਨਹੀਂ ਕਿਤੇ ਨਹੀਂ ਜਾਣਾ ਪਲੀਜ਼ ਮੈਂ ਸਹੀ ਪੜੂੰਗਾ ਨਹੀਂ ਆਪਾਂ ਦੈਟ ਮੀਨਸ ਇਤਨੇ ਜ਼ਿਆਦਾ ਨਹੀਂ ਕਰ ਰਹੇ ਠੀਕ ਹੈ ਔਰ ਕੋਸ਼ਿਸ਼ ਕਰੇ ਸੁਣ ਰਹੀ ਹੈ ਸਰਕਾਰਾਂ ਸਭ ਕੁਝ ਤੁਹਾਨੂੰ ਨਹੀਂ ਪਤਾ ਇੱਥੇ ਪੰਗਾ ਪੈ ਜਾਂਦਾ ਹੈ ਚਲੋ ਕੋਈ ਨਾ ਹੁਣ ਨਹੀਂ ਫਲਾਈਟ ਚੜਨ ਦੇਣਾ ਉਹਨਾਂ ਨੇ ਮੈਂ ਤਾਂ ਜੀ ਕਰਦਾ ਕਿ ਚਲੋ ਕੁਝ ਨਹੀਂ ਜਿਹੜੀ ਜ਼ਿਆਦਾ ਪੈ ਜੀ ਲੱਗੀ ਹੈ ਨਾ ਉਹ ਨਹੀਂ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਉਹ ਆਣਾ ਜੀ ਚਲੋ ਕੋਈ ਨਾ ਹੈਨਾ ਤੁਸੀਂ
ਪੰਜਾਬ ਵਿੱਚੋਂ ਉਹ ਯਾਰ ਪਰ ਮੈਂ ਪੜ੍ਹਦਾ ਮੈਨੂੰ ਪਤਾ ਤੁਸੀਂ ਨਹੀਂ ਪੜੋਗੇ ਤੁਸੀਂ ਪੰਜਾਬ ਵਿੱਚੋਂ ਕਿਹੜੇ ਦੋ ਸਿੰਗਰ ਬੈਨ ਕਰਨਾ ਚਾਹੋਗੇ ਦੇਖੋ ਐਸਾ ਕਰੋ ਨਾ ਆਹ ਬੋਲ ਦੋ ਚਲੋ ਠੀਕ ਹੈ ਅੱਖਰ ਤਾਂ ਉੱਡ ਰਹੇ ਨੇ ਕੋਈ ਨਾ ਪਰ ਫੋਲੋ ਪੱਕਾ ਕਰੋਗੇ ਬਾਹਰ ਜਾਂਦੀ ਟੀਮ ਨੂੰ ਕਹਿ ਦੋ ਠੀਕ ਹੈ ਡਨ ਇਹ ਮੈਂ ਵਿਸ਼ਵਾਸ ਤੇ ਕਰ ਰਿਹਾ ਸਨੈਪਚੈਟ ਸਟੋਰੀ ਪਾਊਂਗਾ ਅੱਜ ਤੋਂ ਪਹਿਲਾਂ ਨਾ ਇੰਗਲਿਸ਼ ਚ ਲਿਖਦਾ ਸੀ ਸਾਡਾ ਰਾਈਟਰ ਹੁਣ ਕਹਿੰਦਾ ਮੈਂ ਮੰਨ ਲਓ ਤੁਹਾਡੇ ਕੋਲ ਤੁਹਾਡੀ ਲਾਈਫ ਦਾ ਲਾਸਟ ਡੇ ਹੈ ਆਖਰੀ ਡੇ ਹੈ ਇਹ ਤੋਂ ਬਾਅਦ ਮਤਲਬ ਹੈ ਨਹੀਂ ਕੁਛ ਤੁਸੀਂ ਕੀ ਕਰੋਗੇ ਲਾਸਟ ਡੇ ਚ ਕਦੋਂ ਅਦਿਤੀ ਆਊਗੀ ਕਦੋਂ ਆਊਗੀ ਬਸ ਹੁਣ ਮੈਂ ਕਹਿੰਦਾ ਲਾਸਟ ਡੇ ਨਾ ਹੋਵੇ ਬਸ ਤੁਸੀਂ ਆ ਜਾਓ ਦੁਬਾਰਾ ਇਹ ਤਾਂ ਜਵਾਬ ਦੇ ਹੀ ਜਾ ਰਹੇ ਤੁਸੀਂ ਫੋਲੋ ਕਰੋਗੇ ਨੀ ਕੋਈ ਚੱਕਰ ਨੀ ਲਾਸਟ ਪਰਚੀ ਰਜਨੀਕਾਂਤ ਬਣ ਗਏ ਭਾਜੀ ਏਦਾਂ ਕਰਕੇ ਅੱਛਾ ਏਦਾਂ ਕੁਛ ਹੋਊਗਾ ਮੈਨੂੰ ਪਤਾ ਮੰਨ ਲਓ ਤੁਸੀਂ ਕਿਸੇ ਬਾਲੀਵੁੱਡ ਸਟਾਰ ਨਾਲ ਵਿਆਹ ਕਰਾਉਣਾ ਤਾਂ ਉਹ ਕੌਣ ਹੋਵੇਗਾ ਸਟਰੋਂਗ ਕੁਐਸਚਨ ਕਦੇ ਬੋਲਦੇ ਬੀ ਵਾਈਜ਼ ਕਦੇ ਕਹਿੰਦੇ ਸਟਰੋਂਗ ਕੁਐਸਚਨ ਪਤਾ ਲੱਗੋ ਭਾਜੀ ਨੂੰ ਕੌਣ ਕੌਣ ਪਸੰਦ ਹੈ ਵਿਦਿਆ ਬਾਲਨ ਵਿਦਿਆ ਬਾਲਨ ਵਾਓ ਯਾਮੀ ਗੌਤਮ ਯਾਮੀ ਗੌਤਮ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਜੀ ਹਾਂਜੀ ਦੀਪਿਕਾ ਪਾਦੂਕੋਣ ਹੁਮਾ ਕੁਰੈਸ਼ੀ ਹੁਮਾ ਕੁਰੈਸ਼ੀ ਐਂਡ ਸ਼ਰਧਾ ਕਪੂਰ ਕਮਾਲ ਦੀ ਗੱਲ ਹੈ ਜੀ ਮਜ਼ਾ ਆ ਗਿਆ ਅਸੀਂ ਲੋਕਾਂ ਨੂੰ ਇੱਕ ਪੁੱਛਦੇ ਮਰ ਜਾਂਦੇ ਹਾਂ ਭਾਜੀ ਨੇ ਪੰਜ ਪੰਜ ਦੱਸਤੀ ਅਨਐਕਸਪੈਕਟਿਡ ਸਵਾਲ ਦਾ ਜਵਾਬ ਦਿੱਤਾ ਐਕਸਪੈਕਟਿਡ ਤਾਂ ਨਹੀਂ ਮਿਲਿਆ ਮੈਨੂੰ ਹਾਂ ਕਮਾਲ ਦੀ ਗੱਲ ਹੈ ਭਾਜੀ ਇਹ ਜਿਹੜਾ ਤੁਹਾਡਾ ਰੂਪ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਤੁਸੀਂ ਇੰਨੇ ਫਰੈਂਡਲੀ ਹੋ ਤੇ ਸਾਨੂੰ ਲੱਗਦਾ ਕਿ ਤੁਸੀਂ ਮਤਲਬ ਬਹੁਤ ਸੀਰੀਅਸ ਟਾਈਪ ਇਨਸਾਨ ਹੋ ਸੀਰੀਅਸ ਵੀ ਹੋ ਪਰ ਆਪਣੇ ਕੰਮ ਲਈ ਸਾਡੇ ਨਾਲ ਤਾਂ ਹਰ ਕੋਈ ਫਰੈਂਕ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਭਾਜੀ 13 ਤਰੀਕ ਨੂੰ ਮੂਵੀ ਆ ਰਹੀ 13 ਮਾਰਚ ਤੇ ਫੈਨਸ ਨੂੰ ਕੀ ਕਹੋਗੇ ਲਾਸਟ ਮੇਰੀ ਜ਼ਿੰਦਗੀ ਦੀ ਪਹਿਲੀ ਪੰਜਾਬੀ ਫਿਲਮ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਬਲੈਕ ਪ੍ਰਿੰਸ ਇੰਗਲਿਸ਼ 'ਚ ਬਣੀ ਸੀ ਔਰ ਬਹੁਤ ਹੀ ਉਮਦਾ ਕੰਸੈਪਟ ਹੈ ਬਹੁਤ ਹੀ ਬਿਊਟੀਫੁਲ ਸਕਰੀਨ ਪਲੇ ਹੈ ਔਰ ਬਹੁਤ ਹੀ ਸੋਹਣੀ ਸਟੋਰੀ ਹੈ ਉਹਦੀ ਵੀਵਿੰਗ ਬਹੁਤ ਵਧੀਆ ਔਰ ਅਦਿਤੀ ਓਬਵੀਅਸਲੀ ਇੱਕ ਬਹੁਤ ਪਰਫਾਉਂਡ ਐਕਟਰ ਹੈ ਔਰ ਬਾਕੀ ਸਾਰੇ ਕਾਸਟ ਵੀ ਬਹੁਤ ਸਾਰੇ ਸੁਣ ਰਹੇ ਆਪਣੀ ਐ ਸੁਣ ਰਹੇ ਨੇ ਤੁਸੀਂ ਜ਼ਰੂਰ ਦੇਖਣਾ ਤੇ ਇਹ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਦੋਨਾਂ ਮੈਂ ਦੋਨਾਂ ਦੇ ਵੱਲੋਂ ਮੰਨਣਾ ਕੀ ਇਹੀ ਗੱਲ ਹੈ ਬਸ ਤੁਸੀਂ ਸਟੋਰੀ ਦੀ ਗੱਲ ਕੀਤੀ ਮੇਰਾ ਇੱਕ ਸਵਾਲ ਇੱਕਦਮ ਅਚਾਨਕ ਆ ਗਿਆ ਲੋਕਾਂ ਨੂੰ ਲੱਗੂ ਵੀ ਅਬਡਰਪਟ ਹੈ ਬਟ ਮੇਰੇ ਮਨ 'ਚ ਆ ਗਿਆ ਮੈਂ ਪੁੱਛ ਲਾ ਹੈ ਨਾ ਬਹੁਤ ਵਧੀਆ ਸਟੋਰੀ ਹੈ ਪਿਆਰ ਵਾਲੀ ਸਟੋਰੀ ਹੈ ਬਟ ਮੈਂ ਜਿਹੜਾ ਆਪ ਓਬਜ਼ਰਵ ਕਰਦਾ ਕਿ ਹਰਿਆਣਾ ਦੀ ਸਟੋਰੀਜ਼ ਬਣਦੀਆਂ ਨੇ ਭਾਜੀ ਬਾਇਓਪਿਕ ਬਣਦੀ ਹੈ ਪਹਿਲਵਾਨਾਂ 'ਤੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਗੈਂਗਸਟਰਸ 'ਤੇ ਬਹੁਤ ਮੂਵੀ ਬਣ ਰਹੀ ਹੈ ਇਹ ਗੱਲ ਸਹੀ ਹੈ ਕਿ ਨਹੀਂ ਸਹੀ ਹੈ ਕਿ ਨਹੀਂ ਉਹ ਦੇਖੋ ਤੁਹਾਡੇ ਕਲਚਰਲ ਜਿਹੜੀਆਂ
ਚੀਜ਼ਾਂ ਨੇ ਨਾ, ਕਿਉਂਕਿ ਸਾਡਾ ਜਿਹੜਾ ਪੰਜਾਬ ਆ ਉਹਦੇ ਉੱਤੇ ਮੈਨੂੰ ਲੱਗਦਾ ਕਿ ਜਿਹੜੇ ਉਹਨਾਂ ਦੇ ਆਈਡੀਅਲ ਹੁੰਦੇ ਆ ਆਲਮੋਸਟ ਸਿੰਗਰਸ ਜਾਂ ਐਕਟਰਸ, ਉਹਨਾਂ ਦਾ ਇੰਪ੍ਰੈਸ਼ਨ ਬਹੁਤ ਜ਼ਿਆਦਾ ਹੈ। ਕਈ ਸੋਸਾਇਟੀ ਜਿੱਦਾਂ ਨਹੀਂ ਹੁੰਦਾ, ਜਿੱਦਾਂ ਤੁਸੀਂ ਸਟੇਟਸ ਦੇਖੋ ਜਾਂ ਯੂਰਪ 'ਚ ਦੇਖ ਲਓ, ਉੱਥੇ ਐਕਟਰਸ ਸਿੰਗਰਸ ਦਾ ਇੰਪ੍ਰੈਸ਼ਨ ਸੋਸਾਇਟੀ 'ਤੇ ਇੰਨਾ ਨਹੀਂ ਹੁੰਦਾ, ਉੱਥੇ ਰਾਈਟਰਸ ਦਾ ਜਾਂ ਕਿਸੇ ਹੋਰ ਚੀਜ਼ ਦਾ ਜ਼ਿਆਦਾ ਹੁੰਦਾ। ਸੋ ਇਸ ਕਰਕੇ ਜੇਕਰ ਤਾਂ ਕਿਸੇ ਜਿਹੜੇ ਲੋਕ ਸੋਸਾਇਟੀ ਨੂੰ ਚਲਾਉਂਦੇ ਨੇ, ਵੱਡੇ ਲੋਕ ਨੇ, ਸਮਝਦਾਰ ਲੋਕ ਨੇ, ਜਿਹਨਾਂ ਨੂੰ ਲੱਗਦਾ ਕਿ ਯਾਰ ਕਿ ਇਹ ਚੀਜ਼ ਦੇਖਣ ਨਾਲ ਇਹ ਹੋਰ ਵਧੇਗੀ, ਸਾਡੇ ਜਿਹੜੇ ਛੋਟੇ ਬੱਚੇ ਆ ਟੀਨੇਜਰਸ ਨੇ ਓਬਵੀਅਸਲੀ ਜਿਹੜੇ ਹਨਾ ਜਿਹਦਾ ਫੋਲੋ ਕਰਦੇ, ਬਿਲਕੁਲ ਬਿਲਕੁਲ। ਸੋ ਉਸ ਹਿਸਾਬ ਦੇ ਨਾਲ ਤੇ ਜ਼ਾਹਿਰ ਜੀ ਗੱਲ ਹੈ ਕਿ ਨਹੀਂ ਬਣਨੀਆਂ ਚਾਹੀਦੀਆਂ, ਪਰ ਜੇ ਤੁਸੀਂ ਕ੍ਰੀਏਟਿਵ ਫਰੀਡਮ ਦੀ ਗੱਲ ਕਰੋ ਤੇ ਉਹ ਦੁਨੀਆ ਤੇ ਕਿਤੇ ਵੀ ਹੈਗੀ ਆ, ਤੇ ਉਹਨੂੰ ਦੇਖੀਏ ਤੇ ਉਹਦੇ ਹਿਸਾਬ ਨਾਲ ਬਣਨੀਆਂ ਚਾਹੀਦੀਆਂ। ਇਹ ਬਹੁਤ ਵਧੀਆ ਜਵਾਬ ਦਿੱਤਾ ਭਾਜੀ ਨੇ, ਮੈਨੂੰ ਸਕੂਨ ਮਿਲ ਗਿਆ ਕਿ ਬਈ ਆਖਰੀ ਚ ਇੱਕ ਸਵਾਲ ਮੇਰੇ ਮਨ ਚ ਆਇਆ ਤੇ ਮੈਂ ਉਦਾਂ ਹੀ ਪੁੱਛ ਲਿਆ ਕੀ ਕਰੀਏ, ਆਪਣੀ ਜਗ੍ਹਾ ਆਪਾਂ ਕੁਛ ਵੀ ਕਰ ਸਕਦੇ ਹਾਂ ਨਾ। ਤੇ ਭਾਜੀ ਐਂਡ ਕਰਦੇ ਹਾਂ ਅੱਜ ਦੇ ਇਸ ਸ਼ੋਅ ਦਾ, ਤੇ ਸਾਡਾ ਅੰਦਾਜ਼ ਇਹ ਹੈ ਐਂਡ ਕਰਨ ਦਾ, ਅਸੀਂ ਕਰਦੇ ਹਾਂ ਪੰਜ ਪੰਜ ਕਿਨੂੰ ਸਾਰੇ ਠੀਕ ਹੈ। ਮੈਂ ਟੈਡੀ ਬੇਅਰ ਵਾਲਾ ਲੱਗਦਾ, ਮਤਲਬ ਮੈਨੂੰ ਪੰਚ ਕਰੋਗੇ, ਮੈਨੂੰ ਦੇਖ ਕੇ ਕਹਿੰਦੇ ਕੀ ਨੂੰ ਮੈਂ ਉਹਨੂੰ ਕੈਮਰੇ ਵੱਲ ਪੰਚ ਕਰਨਾ, ਠੀਕ ਹੈ ਇਦਾਂ ਕਰਕੇ, ਠੀਕ ਹੈ ਦੀਦੀ? ਯੈਸ 1 2 3 ਪੰਜਾਬੀ ਆ ਦੱਸੀ ਪੰਜ। ਬਹੁਤ ਇੰਪੋਰਟੈਂਟ ਸੂਚਨਾ, ਟਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਬਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।